हाँ जी भाभी जी, की बना रहे हो आज दिवाली स्पेशल ते सानू की खाओगे? आज रात में बहुत कुछ बना रही हैं जी। आज मैं बना रही हूँ सावर के स्पेशल गोभी वाले पकौड़े, नाल पालक वाले पकौड़े। अच्छा जी, उस तो बाद मैं बनावांगी भल्ले। अच्छा जी, हाँ जी। ते फिर मैं बनावांगी रंग वाले चौल जिन्हों आप जरदा बोल दें। जलेबियां मैं कदी बनाईयां नहीं सी, पर जो दा मैं कुकिंग चैनल बना लिया ते मैं कोई भी चीज जिहड़ी बाहरों नहीं लैंदी, सारा कुछ मैं घर ही बनाउंदी आ। ते पहलो हुंदा सी कि चलो लै लईए, पर हुण मन भी नहीं करदा ते घर ही बना रहे आ। ते खाओ तुसीं जरूर जी। बस बन चले, सावन नूं जाओ, सावन नूं पुछदे आ किदां दे बनाए। बाहर पटाके चलाउंदा पिया। अच्छा जी, सावन की करदे पए जे? सावलजोत किन्ने पटाके चलाने अज फिर? बहुत सारे नी, मतलब सावल ने भी इन्ना, सावल गुड बच्चा है, इन्ना खर्चा नहीं उन्हें कराया, जिद भी नहीं कोई कीती इन्ने, बस इन्ने इन्नू यही चाहिए सी। आ केड़े दिखाओ सावल? बम पटाके दा ते इक होर दूजे आ। बम पटाके किथे आ? अच्छा जी, पॉकेट च रखे आ। दैट मीन्स तुसी कल्ले कल्ले बाहर जाके ते बम पटाके चलाउंदे हो? खलारा ना पायो, हुण सफाई होई है ते खलारा ना पायो। सफाई भी जिहड़ी बाहर आ, सारा बाहर वाले साइड सारी मैं साफ कर रही हां। मैं कहा उन्हें भी जाके सेलिब्रेशन करनी है अपने घर, ते उहदे करके जिहड़ा मैं उहदा काम अद्धा करता आ, ਉਹ ਹੁਣ ਬਸ ਕਮਰਿਆਂ 'ਚ ਪੋਚਾ ਮਾਰੂਗੀ। ਮਨੀਸ਼ਾ ਆਓ ਭਾਜੀ, ਛਕੋ ਆ ਜਾਓ, ਚਲੋ ਕੀ ਖਾਣ ਲੱਗੇ ਹੋ? ਇਹ ਪਾਲਕ ਵਾਲੇ ਪਕੌੜੇ ਆ ਜੀ। ਅੱਛਾ, ਇੱਧਰ ਗੋਭੀ ਵਾਲੇ ਆ। ਅੱਛਾ ਜੀ, ਹੋਰ ਦੱਸੋ ਕੀ ਖਾਣਾ? ਜੋ ਤੁਸੀਂ ਖਾਣਾ ਹੀ ਬਣਾ ਦਿੰਦੇ ਆ। ਬਸ ਕੁਛ ਨਹੀਂ, ਬਸ ਇੰਨਾ ਹੀ। ਬਸ ਇੰਨਾ ਹੀ? मम्मी कहते मैं फ्रेश लिया के दिनी बारो हूं, पर नहीं हूं रहन दो क्योंकि इन थोड़े पकौड़े बना लेने आप। जी जी बिल्कुल, आप दूसरे रंग वाले चौल भी खाने हैं। सारा दिन खान चाहिए। हेलो जी, भाभी जी ने एक होर करना शुरू करता है कि विचे पालक, ये पालक ते गोभी ओदे सॉरी कुछ गोभी ते विचे प्याज अदरक सारा मिक्स। अच्छा, मिक्स पकौड़ा। पर इहदे च मिर्ची भी चंगी करारी पायो फिर। मैं ये तुसी खाओगे, हरिया मिर्चा कट के पा दिंदे। हाँ थोड़े जे पा दिओ। हाँ हलवाइयां दे भी इतने हाथ लिबड़े होंदे आ ना, ओह विच ही कदी ओह कर कदी ओह कर। इतने मेरा काम चलन डिया। हुण ते तुसी बड़े वड्डे कुक बन गए हो। किथे पैणे कुक, माड़े मोटे लईआं। इहदे विच ही पा लैणा मैं धनिया, विच पा लैणी मैं गोभी ਜਿਹੜੀ ਕੱਢੀ ਤੈਨੂੰ ਥੋੜ੍ਹੀ ਬਰੀਕ ਹੋਰ ਕਰ ਦੇਣਾ। ਇਹ ਬਣ ਜਾਣਾ ਆ ਪਾਲਕ ਗੋਭੀ ਪਕੌੜਾ, ਵਿੱਚ ਮਿਰਚ। ਹਾਂ ਮਿਰਚਾਂ ਹੀ ਕੱਟ ਲੈਣੀਆਂ, ਉਹਨੂੰ ਵੀ ਹਿਲਾ ਲਓ ਸਾੜੀ ਨਾ ਜੀ। ਇੱਧਰ ਜੀ ਚਾਹ ਵੀ ਬਣਾ ਲਈ ਆ। ਪਕੌੜੇ ਦੇ ਨਾਲ ਚਾਹ ਨਾ ਹੋਵੇ ਤਾਂ ਫਿਰ ਮਜ਼ਾ ਨਹੀਂ ਆਉਂਦਾ, ਮੈਨੂੰ ਤਾਂ ਬਿਲਕੁਲ ਨਹੀਂ ਆਉਂਦਾ। ਬਿਲਕੁਲ ਬਿਲਕੁਲ ਜੀ, ਤੁਹਾਨੂੰ ਤਾਂ ਜਿੰਨੀ ਵਾਰ ਮਰਜ਼ੀ ਚਾਹ ਦੇ ਦਿਓ। ਸਹੀ ਹੈ, ਮੈਂ ਬਹੁਤ ਵਾਰੀ ਚਾਹ ਪੀਨੀ ਆ, ਹੋਰ 2-4 ਸਾਲ ਜੀਣਾ ਆ, ਪੀ ਲਈਏ ਖਾ ਲਈਏ। ਖਾਓ ਪੀਓ ਐਸ਼ ਕਰੋ ਮਿੱਤਰੋ। ਬਿਲਕੁਲ ਜੀ, ਦਿਲ ਪਰ ਕਿਸੇ ਦਾ ਦਿਖਾਇਓ ਨਾ। ਪੜੀ ਗਾਣਾ ਸਿੰਗਰ, ਬਾਥਰੂਮ ਸਿੰਗਰ।
नहीं तुम वधिया शब्द बोल रहे हो। जल्दी बन जा चा मैनू उड़ीका तेरी, शाबाश शाबाश श्रे छिद्दी जी। ਤੁਸੀਂ ਕਹਿੰਦੇ ਹੋਣੇ ਕਿੰਨਾ ਖਾਂਦੇ ਆ ਕਿੰਨਾ ਖਾਂਦੇ, ਪਰ ਸੈਲੀਬ੍ਰੇਟ ਤੇ ਆਪਾਂ ਕਰਦੇ ਹਾਂ ਜੀ ਹਰ ਤਿਉਹਾਰ ਜੋ ਵੀ ਆ। ਇੱਕ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਤਿਉਹਾਰ, ਬਰਥਡੇ ਤਿਉਹਾਰ ਹਨਾ। ਸਾਡੇ ਬਰਥਡੇ ਸਾਰੇ ਅਕਤੂਬਰ ਨਵੰਬਰ ਚ ਗਿਆ ਸਾਰੀ ਫੈਮਿਲੀ ਦੇ, ਜ਼ਿਆਦਾ ਜਣਿਆਂ ਦੇ। ਭਾਬੀ ਜੀ ਦਾ ਜੁਲਾਈ ਮੰਥ ਚ ਆਉਂਦਾ ਆ, ਮੇਰੇ ਤੋਂ ਸ਼ੁਰੂ ਹੁੰਦਾ ਲੱਗਦਾ। ਹਾਂ ਮਿਰਚਾਂ ਵੀ ਕੱਟ ਕੇ ਪਾਵਾਂ ਦੇਸ਼ੋਂ, ਬਿਲਕੁਲ ਮਿਰਚਾਂ ਨਾ ਪਈਆਂ ਤਾਂ ਮਜ਼ਾ ਨਹੀਂ ਆਉਣਾ। ਤਿੱਖਾ ਬਣਾਇਓ ਜਰਾ, ਤਿੱਖਾ ਬਣਾਇਓ, ਤਿੱਖਾ ਹੀ ਬਣਾ ਲਾਂਗੇ, ਕਿੱਥੇ ਕੀ ਨਹੀਂ ਕਰਦੀ ਤੇਰਾ। ਗਿਆ ਪਹਿਲਾ ਪਕੌੜਾ ਪਾਲਕ ਦਾ ਵਿੱਚ, ਪਾਲਕ ਗੋਭੀ ਮਿਰਚ ਗਰਾਰੇ ਵਾਲੇ ਪਕੌੜੇ, ਪੈਰ ਥੱਕ ਕੇ ਬਹਿ ਗਈ ਆ। ਅਤੇ ਭਾਬੀ ਜੀ ਬਣਾਉਣ ਡੇ ਆ ਮਠਿਆਈਆਂ, ਅਸੀਂ ਬਣਾਈਆਂ ਸੀ ਇਹ ਨਾਲ ਰੱਖਾਂਗੇ, ਨਾਲ ਅਸੀਂ ਪਕੌੜੇ ਰੱਖਾਂਗੇ ਅਤੇ ਕਰਾਰੇ ਵਾਲੇ ਪਕੌੜੇ ਬਣਨ ਡੇ ਆ। ਇਸ ਤੋਂ ਬਾਅਦ ਟੇਬਲ 'ਤੇ ਆਪਾਂ ਸਾਰੇ, ਹਾਂ ਚੁੰਕੀ ਚਾਟ ਮਸਾਲਾ ਵੀ ਜੀ ਜੀ। ਹਲਵਾਈ ਵੀ ਤਾਂ ਹੀ ਪਾਉਂਦੇ ਨੇ ਮੈਨੂੰ ਲੱਗਦਾ, ਯੂ ਆਰ ਦ ਕਾਪੀ ਆਫ ਹਲਵਾਈ, ਦੈਟਸ ਵਾਈ। ਲਓ ਜੀ ਅਸੀਂ ਪਕੌੜੇ ਬਣ ਗਏ ਆ, ਬਸ ਥੋੜ੍ਹਾ ਜਿਹਾ ਟਾਈਮ ਹੋ ਰਿਹਾ, ਇਹ ਮੈਂ ਟੇਬਲ 'ਤੇ ਰੱਖ ਆਉਂਦੀ ਹਾਂ। ਅਜੇ ਆ ਨਹੀਂ ਰਹੇ ਸਾਰੇ, ਆ ਜਾਓ ਵੀ ਸਾਰੇ ਜਣੇ। ਲਓ ਜੀ ਇਹ ਸਾਰਾ ਕੁਛ ਮੈਂ ਘਰੇ ਬਣਾਇਆ, ਪਾਲਕ ਵਾਲੇ ਪਕੌੜੇ, ਮਿਕਸ ਪਕੌੜਾ, ਕਾਜੂ ਕਟਲੀ, ਇਮਲੀ ਦੀ ਚਟਨੀ, ਗੋਭੀ ਵਾਲੇ ਪਕੌੜੇ, ਹਲਦੀ ਦੀਆਂ ਪਿੰਨੀਆਂ, ਡਰਾਈ ਫਰੂਟਸ ਲੱਡੂ ਐਂਡ ਟੀ। ਅਤੇ ਇਹ ਆਪਾਂ ਹੁਣ ਸਾਰੇ ਜਣੇ ਕਰਦੇ ਹਾਂ ਇੰਜੋਏ ਜੀ। ਸਾਵਲ ਜੀ ਫਿਰ ਕਿਵੇਂ ਆ, ਟੇਸਟੀ ਬਹੁਤ? ਕਿਹੜੇ ਕਿਹੜੇ ਟੇਸਟੀ ਲੱਗੇ? ਅੱਛਾ ਠੀਕ ਹੈ। ਵਰੁਣ ਤੁਹਾਨੂੰ, ਵਰੁਣ ਨੂੰ ਪਕੌੜੇ ਪਸੰਦ ਨੇ? ਕੋਈ ਵੀ ਨਹੀਂ ਪਸੰਦ, ਗੋਭੀ ਵਾਲੇ ਵੀ ਨਹੀਂ? ਕਮਾਲ, ਚਲੋ ਆ ਜਾਓ ਮੰਮੀ ਤੁਸੀਂ ਵੀ ਬੈਠੋ ਖਾਓ। ਅਤੇ ਪਰ ਮੈਨੂੰ ਇੰਝ ਲੱਗਦਾ ਕਿ ਮੈਂ ਪਤਾ ਨਹੀਂ ਕਿੰਨਾ ਕੁ ਕੁਛ ਖਾ ਲਿਆ, ਮੈਂ ਖਾਧਾ ਕੁਛ ਨਹੀਂ, ਇੱਕ ਗਲਾਸ ਪਾਣੀ ਦਾ ਪੀਤਾ ਸਵੇਰ ਦਾ। ਪਰ ਫੀਲਿੰਗ ਆਉਣ ਡਈ ਇੰਝ ਦੀ ਕਿ ਜਿੱਦਾਂ ਸਾਰਾ ਤੇਲ ਮੇਰੇ ਸਿਰ ਨੂੰ ਚੜ੍ਹ ਗਿਆ ਅਤੇ ਸਾਰੇ ਪਕੌੜੇ ਮੈਂ ਹੀ ਖਾ ਲਏ ਆ। ਦੁੱਧ ਪੀਣਾ? ਕੋਈ ਨਹੀਂ ਦੁੱਧ ਲਿਆ ਦਿੰਦੀ, ਪਹਿਲਾਂ ਪਕੌੜੇ ਖਾ ਲਓ ਨਾ ਫਿਰ ਦੁੱਧ ਲਿਆ ਦਿੰਦੀ ਹਾਂ। ਮੈਂ ਤਾਂ ਕਹਿਣ ਡੀ ਹਾਂ ਮਨੀਸ਼ਾ ਹੋਰ ਲਿਆਵਾਂ। ਕਿਵੇਂ ਲੱਗੇ? ਠੀਕ ਹੈਪੀ ਦੀਵਾਲੀ ਜੀ ਸਾਰਿਆਂ ਨੂੰ। ਲਓ ਜੀ ਮੰਮੀ ਜੀ ਨਾਲ ਗੱਲ ਕਰਾ ਦਿਓ। ਹਾਂਜੀ ਹੈਪੀ ਦੀਵਾਲੀ ਮੰਮੀ। ਬਹੁਤ ਕੁਛ ਬਣਾਇਆ,
ਹੁਣ ਤੁਹਾਨੂੰ ਦੱਸ ਦਿੰਦੇ ਆ ਆ ਲਓ ਅਸੀਂ ਇੱਕ ਚੀਜ਼ ਨਹੀਂ ਬਾਜ਼ਾਰੋਂ ਲਿਆਂਦੀ, ਇੱਕ ਵੀ ਚੀਜ਼ ਨਹੀਂ, ਸਾਰਾ ਕੁਛ ਘਰੇ ਬਣਾਇਆ। ਬਰਫੀ ਵੀ ਘਰੇ, ਅਜੇ ਜਲੇਬੀਆਂ ਬਣਨੀਆਂ ਥੋੜ੍ਹੀ ਦੇਰ ਤੱਕ। ਕਿੰਨੀ ਕਿਸਮਤ ਬੜੀ ਗੁੜ ਦੀਆਂ ਬਣਾਈਆਂ ਮੈਂ, ਗੁੜ ਤੇ ਆਟੇ ਦੀਆਂ। ਪਾਪਾ ਕਿੱਥੇ ਆ, ਦਾਦੀ ਮੰਮਾ ਕਿੱਥੇ, ਉਹਨਾਂ ਨੇ ਕਿਉਂ ਕਰਨਾ? ਬਹੁਤ ਸਵਾਦ ਗੁੜ ਵਾਲੀ ਹੈ ਨਾ, ਗੁੜ ਤੇ ਆਟਾ। ਪਾਪਾ ਕਿੱਥੇ ਗਏ, ਪਾਪਾ ਨੂੰ ਕਹਿਣਾ ਖਾ ਲੈਂਦੇ? ਪਾਪਾ ਜੀ ਸ਼ਾਇਦ ਕੱਪੜੇ ਚੇਂਜ ਕਰਦੇ ਆ। ਪੂਰੀ ਕ੍ਰਿਸਪੀ ਬਣੀ ਆ, ਆ ਤੁਸੀਂ ਦੇਖ ਸਕਦੇ ਜੇ। ਸਵਾਦ ਬਹੁਤ ਵਧੀਆ। ਗੁੜ ਦੀਆਂ ਬਣਾਈਆਂ? ਹਾਂਜੀ, ਗੁੜ ਤੇ ਆਟੇ ਦੀ। ਬਹੁਤ ਸਵਾਦ। ਸਭ ਤੁਸੀਂ ਕੈਂਡਲ ਚੁਕਾਉਣੀ ਆ? ਹਾਂਜੀ ਜੀ, ਜਲੇਬੀਆਂ ਖਤਮ। ਵਰਨ ਨੂੰ ਮਿੱਠੇ ਪਸੰਦ ਆ, ਤਾਂ ਵਰਨ ਨੂੰ ਮਿੱਠੇ ਤੇ ਆਇਆ, ਕਿਉਂਕਿ ਮੈਂ ਬਹੁਤ ਜ਼ਿਆਦਾ ਨਹੀਂ ਸੀ ਬਣਾਈਆਂ, ਥੋੜ੍ਹੀਆਂ ਬਣਾਈਆਂ ਸੀ ਜਿਹੜੀਆਂ ਇੱਕ ਇੱਕ ਦੋ ਦੋ ਹੀ ਆ ਜਾਣ। ਫਿਰ ਬਣਾ ਲਾਂਗੇ। ਹੁਣ ਅੱਧਿਆਂ 'ਚ ਪਾ ਲਾਂਗੇ ਆਪਾਂ ਦੇਸੀ ਘਿਓ, ਅਤੇ ਅੱਧੇ ਜਿਹੜੇ ਉਹਨਾਂ ਦੇ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ। ਦੋਵੇਂ ਕਹਿੰਦੇ ਕਿ ਜਿਹੜਾ ਤੇਲ ਆ ਉਹ ਵੀ ਜਿਹੜਾ ਹਵਾ ਨੂੰ ਸ਼ੁੱਧ ਕਰਦਾ। ਇਹਦੇ ਵਿੱਚ ਕੀ ਪਾਉਂਦੇ ਹੋ? ਤੇਲ, ਦੇਸੀ ਘਿਓ? ਦੇਸੀ ਘਿਓ ਆ ਇਹਦੇ 'ਚ, ਥੋੜ੍ਹਿਆਂ 'ਚ ਦੇਸੀ ਘਿਓ ਪਾ ਦਾਂਗੇ, ਬਾਕੀ ਥੋੜ੍ਹਿਆਂ 'ਚ ਆਪਾਂ ਦੂਸਰਾ ਪਾ ਦਾਂਗੇ ਨਾ, ਤੇਲ ਪਾ ਦਾਂਗੇ।
तू करदा करना मैं नाही जाहो करी न होई बलिहारी कुदरत वस्या तेरे अंतर जाई लख्या राव जात में जो जोत में जाता अकला पर पूर रहा तू सच्चा सहम से सवाले हो जिन पीती सो पार पिया कहो नारे करते गियां बाता जो किस करना सो करिया सो दरा आओ सुनो एक दिन रासन बैठे देवते आदर ना ले गाँव तुनो सिर समाधि अंदर गाँव तुनो साथ विचारे गावन तूनो जति सति संतोखी गावन तूनो वीर करा दे गावन तूनो पंडर पंडर की सर जो जो दे दाना ले गावन तूनो मोनिया मो सुख माश प्या ले गावन तूनो रतन पाए तेरे आसर तीर्था ले गावन तूनो जो स्वाम सुरा गावन तूनो पानी चारे गावन तूनो खंडवल रह मुंडा कर कर के तेरे दारे सही तुनो गाँव जो बोन रते तेरे भक्त साले होर के ते तुनो गाँव से मैं जितना मन मन क्या बिचारे सोई सोई सदा सच साहेब साचा सची नाई नी हो सी जाए न जासी रचना जन रचाई रंगी रंगी पाती कर कर जिनसी माया जिन पाई कर कर देखे किताब बना जीव तिस जीवन आई जीव तिस पावे सोई करसी फिर गुण करना जाई सो पासा सहा पासा है गुरु नानक रहन जाई आसा महला पहला सुन वड़ा के सब कोई के वड़ वड़ा डिठा होए कीमत पाए ना कहा जाए होए फूला चुका दिखे मकाना से जे पिता जियो सही प्यारे में जिना मिले आप जा नाम जितावे गुरु नानक नाम चंडी करा आप जी देखो सरपंच वाहे गुरु जी का खालसा वाहे वाहे लाइट्स नहीं ऑन करके गया सावन लाइट्स नहीं ऑन कीतियां नहीं बच्चे हाँ सारिया इतने लाइट्स ही है बट्टियां मम्मी थोड़ियां जी उपर कर दियो ओ जड़ा घ्यो आ घ्यो ते जम्मी जा रहा ना ठंड दे करके आहो ते मैं घ्यो दा कीता आ फिर ये मैं फेर नहीं रखता असि बहुत सारे दिवे भी जगाते सगन करते हैं तो हमेशा असं ज़्यादा दिवे ही लैके आने तो कैंडल्स भी लियाई दी कैंडल सावल में शौक आ सावल अपने लिए कैंडल्स लैके आता उन्होंने चंगा लगता बाकी असं जी सावल थोड़ी जी है आतिशबाजी लिया दी इत्थे चला दो इहदे उत्ते उत्ते रख देना ही ना इत्थे
ਇੱਥੇ ਰੱਖ ਦੋ ਸਾਵਲ ਕਿਹੜਾ ਦੋਨਾਂ ਦੋਨਾਂ ਸਾਈਡਾਂ ਦੇ ਸਾਵਲ ਤੇ ਬੜਾ ਕੁਝ ਜੀ ਮੈਨੂੰ ਕਿਸੇ ਤੇ ਛਿੱਟਾ ਨਾ ਪੈ ਜੇ ਓਕੇ ਗੋ ਜਾਓ ਕਿੱਥੇ ਜਾਣਾ ਕਹਿੰਦਾ ਮੈਂ ਉੱਪਰ ਜਾਣਾ ਆ ਕੀ ਚਲਾਵਾਂ ਮੇਰੇ ਪਿੱਛੇ ਵੀ ਚਲਾਇਆ ਲਓ ਜੀ ਅਸੀਂ ਹੁਣ ਦੀਵੇ ਵੀ ਜਗਾ ਲਏ ਰਹਿਰਾ ਸਾਹਿਬ ਦਾ ਪਾਠ ਵੀ ਕਰ ਲਿਆ ਅਤੇ ਮਹਾਰਾਜ ਦੇ ਕਮਰੇ 'ਚੋਂ ਵੀ ਹੋ ਆਏ ਅਤੇ ਹੁਣ ਜਿਹੜਾ ਆ ਆਪਾਂ ਡਿਨਰ ਕਰਾਂਗੇ ਅਤੇ ਸਾਵਲ ਦੇ ਫੇਵਰੇਟ ਜਿਹੜੇ ਅੱਜ ਮੈਂ ਰੰਗ ਵਾਲੇ ਚੌਲ ਬਣਾਏ ਆ ਮਹਾਰਾਜ ਨੂੰ ਵੀ ਭੋਗ ਲਾਤਾ ਨਾਲ ਭੱਲਿਆਂ ਵਾਲਾ ਦਹੀਂ ਗੋਭੀ ਦੀ ਸਬਜ਼ੀ ਨਾਲ ਸਾਗ ਬਣਾਇਆ ਪਰ ਸਾਗ ਸਾਵਲ ਨੇ ਨਹੀਂ ਖਾਣਾ ਸਾਵਲ ਖਾਓਗੇ ਸਾਗ ਲਿਆਵਾਂ ਥੋੜ੍ਹਾ ਜਿਹਾ ਬਾਅਦ 'ਚੋਂ ਖਾ ਲਓਗੇ ਅਤੇ ਚਲੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਵੀਡੀਓਜ਼ ਦੇਖਣ ਲਈ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ